Good.
शब्द का घेरा शब्द दियां लाइना अपने आप स्पष्ट कर दिया मेरे हूँ देखो गुरु आख सकता है कि तुसी मेरे मेरी मूर्त का ध्यान करो कि गुरु आख सकता है कि तुसी जो मैं आखना मेरे मंत्र नूं मानता दे गुरु आख सकता है तुसी मेरे चरणां नूं हृदय विच धारण करो ठिकाना देओ स्थान देओ बसाओ गुरु आख सकता है कि तुसी मैनू पार ब्रह्म समझ के नमस्कार करो और पार ब्रह्म सदा नमस्कार गुरु आख सकता है दुनिया के लोगो देखियो कितने भूल ना जायो मत को मरम भूले संसार संसार दे लोगो कितने देखियो भूल ना जायो बिना मेरे तोड़ा पार उतारा नहीं गुरबिन कोई ना उतरस पार सारियां गल्लां गुरु आप सकता है अपने संबंध में जो अवना भी छोड़े समझदार ज्ञानवान पुरुष सत्संगी पुरुष आखना कहना ये गल नहीं हो सकती और अजीब गल ये है भी गुरु का कहना इन्ना बाणी इन्नी सरल है जिन्हों समझन लगिया देर नहीं लगती जरा टिक जाइए तो इन्हू इस सारी उलझन नु इस सारे कंफ्यूजन नु समझाने लई एक लाइन है इसे शब्द विच सारा शब्द गुरु दे संबंध विच आ के पूरे को गुरु मार्ग पाया जन्म मरण की त्रास मिटाई मैं जन्म मरण की त्रास डर मिटा देना गुरु आख सकता है गुरपुरे की बेअंत वडाई इन दूर कौन करे गुरबाणी तो बाहर नहीं इसे शब्द दिया लाइना दो तीन चार होर पढ़ लो इन लाइना पढ़ते अगे चलो प्रसाद उर्द कमल विकास जेड़ा हिरदा पुट्ठा होया हुआ है वो खिड़ पैंदा सिद्धा हो जाता है जेड़ा अंदर दा अदे है हिरदे दे कमल दे उदे होन करके जेड़ा अंदर दा अंधेरा है वो प्रकाश विच चानन विच रोशनी में बदल जाता है अंधकार में आया पड़ा बस नहीं मैं हैरान हूं ना जिन पिया सो गुरते जाने जिन्हें सब कुछ किया है तो भले हो तुसी उसनू जान ही नहीं सकोगे जानोगे ता ही ये गुरु जनाएगा गुरते जाने मैनू तो पता ही रब का गुरु कोलों लगा है। गुरु ना होता रब की पछाण भी ना होती जिंदगी आ सो गुरते जाने मैं तो मुक्त अचेत ही रह जाता मूर्ख ही रह जाता गुरु दी गल्लां ही करता रह जाता रब दी गल्लां ही सुनता करता रहता मैनू नहीं सी पता रब की हुंदा है
ਕੀਆ ਸੋ ਗੁਰ ਤੇ ਜਾਣਿਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਣਿਆ ਗੁਰੂ ਦੀ ਕਿਰਪਾ ਨਾਲ ਹੀ ਇਸ ਮੂਰਖ ਨੇ ਕੋਈ ਗੱਲ ਸਮਝੀ ਨਹੀਂ ਤੇ ਮੈਨੂੰ ਬਿਲਕੁਲ ਪਤਾ ਨਾ ਲੱਗਦਾ ਰੱਬ ਦੀ ਵੀ ਅਣਹੋਂਦ ਹੀ ਰਹਿ ਜਾਂਦੀ ਕਿਸਨੇ ਬਣਾਈ ਸ੍ਰਿਸ਼ਟੀ ਕਿਹਨੇ ਬਣਾਇਆ ਆਸਮਾਨ ਕਿਹਨੇ ਬਣਾਇਆ ਬ੍ਰਹਿਮੰਡ ਕਿਹਨੂੰ ਪਤਾ ਲੱਗਣਾ ਸੀ ਸੋਚਿਓ ਇੰਨੀ ਗੱਲ ਗੁਰੂ ਤੇ ਨਿਰਭਰ ਕਰ ਦੇਣੀ ਤੇ ਆਖਣਾ ਰੱਬ ਦੀ ਪਛਾਣ ਵੀ ਗੁਰੂ ਕਰਕੇ ਹੀ ਹੈ ਇਹ ਕੋਈ ਗੁਰੂ ਆਪਣੇ ਆਪ ਲਈ ਥੋੜਾ ਆਖ ਸਕਦਾ ਹੁਣ ਅਗਲੀ ਲਾਈਨ ਪੜ੍ਹੋ ਸਾਰੇ ਸ਼ਬਦ ਦਾ ਭੁਲੇਖਾ ਦੂਰ ਹੋ ਜਾਂਦਾ ਕਹਿੰਦੇ ਨੇ ਇਹ ਗੱਲ ਮੈਨੂੰ ਕੌਣ ਸਮਝਾ ਰਿਹਾ ਸਾਰੀ ਲਾਈਨ ਕਲੀਅਰ ਹੋ ਸਾਰਾ ਸ਼ਬਦ ਕਲੀਅਰ ਹੋ ਇਹ ਗੱਲ ਮੈਨੂੰ ਰੱਬ ਨੇ ਸਮਝਾਈ ਕਿ ਭਲਿਆ ਗੁਰ ਕੇ ਮੂਰਤ ਮਨਵੇ ਧਿਆਨ ਗੁਰ ਕਾ ਸ਼ਬਦ ਮੰਤਰ ਮਨਵਾਣ ਗੁਰ ਕੇ ਚਰਨ ਹਿਰਦੇ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਪ੍ਰਭ ਹੈ ਜਨਾਈ ਮੈਨੂੰ ਪ੍ਰਭੂ ਨੇ ਇਹ ਗੱਲ ਸਮਝਾਈ ਮਤ ਕੋ ਭਰਮ ਭੂਲੇ ਸੰਸਾਰ ਗੁਰਬਿਣ ਕੋਈ ਨੇ ਉਤਰ ਸਪਾਰ ਇਹ ਗੱਲ ਕੋਈ ਹੋਰ ਆਖੇ ਨਾ ਭੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਰਾਸ ਮਿਟਾਈ ਗੁਰਪੂਰੇ ਕੀ ਬੇਅੰਤ ਵਿਟਾਈ ਇਹ ਸਾਰੀ ਗੱਲ ਮੈਨੂੰ ਰੱਬ ਨੇ ਸਮਝਾਈ ਸੋਚਣਗੇ ਜ਼ਰਾ ਰੁਕ ਲਓ ਜਿੱਥੇ ਜਾ ਕੇ ਇਹ ਕਹਿ ਦਿੱਤਾ ਗੁਰ ਕਰਤਾ ਸ੍ਰਿਸ਼ਟੀ ਦਾ ਕਰਤਾ ਵੀ ਗੁਰੂ ਤੇ ਫਿਰ ਕਰਨ ਦੀ ਸ਼ਕਤੀ ਵੀ ਰੱਖਦਾ ਕਰਨ ਯੋਗ ਇਹ ਨਹੀਂ ਕਿ ਕਰਦਾ ਹੈ ਕਰਨ ਦੀ ਸ਼ਕਤੀ ਵੀ ਰੱਖਦਾ ਕਰਤੇ ਵਿੱਚ ਫਰਕ ਹੁੰਦਾ ਕੀਤਾ ਉਸਨੂੰ ਕਹਿੰਦੇ ਨੇ ਜਿਹੜਾ ਬਣਾਇਆ ਜਾਏ ਤੇ ਕਰਤਾ ਉਹਨੂੰ ਕਹਿੰਦੇ ਨੇ ਜਿਹੜਾ ਬਣਾਵੇ ਗੁਰੂ ਕਰਤਾ ਹੈ ਹੁਣ ਤੱਕ ਇਹ ਵੀ ਪਾਖਾ ਪੜ੍ਹ ਰਿਹਾ ਸਭ ਤੂੰ ਕਰਤਾ ਸਚਿਆਰ ਮਿੰਡਾ ਸਭ ਤੂੰ ਕਰਤਾ ਸਚਿਆਰ ਮੇਡਾ ਸਾਈ ਜੋ ਤੂੰ ਹੈ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਇਹ ਮਾਲਕ ਤੂੰ ਕਰਤਾ ਹੈ ਤੇ ਇੱਥੇ ਕਹਿਤਾ ਨੀ ਗੁਰ ਕਰਤਾ ਕੀਤਾ ਤਾਂ ਨਾ ਹੋਇਆ ਹੁਣ ਇਹ ਗੱਲਾਂ ਗੁਰੂ ਜੇ ਵੱਖਰਾ ਮੰਨੇ ਤਾਂ ਸੋਚਣਾ ਪਏਗਾ ਫਿਰ ਤਾਂ ਕੀਤਾ ਕਹਾਂ ਕਰੇ ਮਨ ਮਾਣ ਵਿੱਚ ਆ ਜਾਏਗਾ ਜਿਹੜਾ ਬਣਾਇਆ ਹੋਇਆ ਉਹ ਮਨ ਮਾਨੀ ਕਿਵੇਂ ਕਰ ਸਕਦਾ ਉਹ ਕਿਵੇਂ ਕਹਿ ਸਕਦਾ ਕਿ ਮੈਂ ਇਹ ਸਭ ਕੁਝ ਕੀਤਾ ਉਹ ਤਾਂ ਆਪ ਕੀਤਾ ਹੋਇਆ ਆਪ ਬਣਾਇਆ ਹੋਇਆ ਕੀਤਾ ਕਹਾਂ ਕਰੇ ਮਨ ਮਾਣ ਦੇਵਨ ਹਾਰੇ ਕੇ ਹੱਥ ਦਾਨ ਤਾਂ ਹੋਰ ਹੁਣ ਇੱਥੇ ਇੱਕ ਲਫ਼ਜ਼ ਕਹਿ ਨਹੀਂ ਗੁਰ ਕਰਤਾ ਗੁਰ ਕਰਨੇ ਜੋ ਅਗਲੀ ਲਾਈਨ ਨੇ ਹੋਰ ਸਪਸ਼ਟ ਕੀਤਾ ਕਹਿੰਦੇ ਨੇ ਗੁਰ ਪਰਮੇਸ਼ਰ ਕੋਈ ਰੁਕਾਵਟ ਨਹੀਂ ਰੱਖੇਗਾ ਗੁਰੂ ਦਾ ਉਪਾਅ ਗੁਰ ਪਰਮੇਸ਼ਰ ਤੇ ਜੇ ਪਰਮੇਸ਼ਰ ਹੈ ਤਾਂ ਫਿਰ ਮਰਦਾ ਨਹੀਂ ਹੈ ਵੀ
ਹੋਗ ਉਹ ਹੁਣ ਵੀ ਹੈ ਤੇ ਹੋਗ ਦਾ ਮਰਦ ਹੋਵੇਗਾ ਕਦੇ ਖਤਮ ਨਹੀਂ ਹੋਏਗਾ ਆਦਿ ਸੱਚ ਯੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਗੁਰ ਕਰਤਾ ਗੁਰ ਕਰਨੇ ਯੋਗ ਗੁਰ ਪਰਮੇਸ਼ਰ ਜੇ ਗੁਰੂ ਪਰਮੇਸ਼ਰ ਹੈ ਹੈ ਵੀ ਰਾਤ ਵਾਲੀ ਗੱਲ ਪਿਛਲੇ ਹਫ਼ਤੇ ਦੇ ਉਸ ਟੋਪਿਕ ਨੂੰ ਜ਼ਰਾ ਥੋੜ੍ਹਾ ਜਿਹਾ ਨਾਲ ਸੰਯੋਗ ਕਰੀਏ ਮੇਲ ਕੇ ਵੇਖੀਏ ਉੱਥੇ ਵੀ ਇਹ ਲਫ਼ਜ਼ ਸਨ ਕਿ ਅਭੇਦਤਾ ਸਰੀਰ ਦੀ ਨਹੀਂ ਹੁੰਦੀ ਸੁਭਾਅ ਦੀ ਇਹ ਲਫ਼ਜ਼ ਸਨ ਰਾਮ ਕਬੀਰਾ ਇੱਕ ਭਰੇ ਹੈ ਕਬੀਰ ਰਾਮ ਹੋ ਗਿਆ ਸੁਭਾਅ ਕਰ ਸਰੀਰ ਕਰਕੇ ਸੁਭਾਅ ਹੈ ਨਿਗੁਣ ਐਗਜ਼ਾਂਪਲ ਕਰੋ ਗੁਰੂ ਤਾਂ ਗੁਰੂ ਅਮਰਦਾਸ ਸਾਹਿਬ ਨੂੰ ਵੀ ਆਖਣੇ ਗੁਰੂ ਅੰਗਦ ਸਾਹਿਬ ਨੂੰ ਵੀ ਆਖਣੇ ਗੁਰੂ ਆਖਣੇ ਗੁਰੂ ਅਮਰਦਾਸ ਸਾਹਿਬ ਦਾ ਸਰੀਰ ਤਾਂ 70 ਸਾਲ ਪਹਿਲਾਂ ਜਨਮ ਲੈ ਗਏ 70 ਸਾਲ ਤੱਕ ਗੁਰੂ ਨਹੀਂ ਸਨ 72 ਸਾਲ ਗੁਰੂ ਸਰ ਅਸੀਂ ਹੁਣ ਗੁਰੂ ਆਖਦੇ ਜਿਹੜੇ ਪਹਿਲੇ 72 ਸਾਲ ਗੁਜ਼ਰੇ ਨੇ ਉਹਦੇ ਵਿੱਚ ਅਸੀਂ ਅਮਰਦਾਸ ਦਾ ਇਤਿਹਾਸ ਤਾਂ ਆਖ ਸਕਦੇ ਹਾਂ ਗੁਰੂ ਅਮਰਦਾਸ ਦਾ ਨਹੀਂ ਤੇ ਜਦੋਂ ਗੁਰੂ ਅਮਰਦਾਸ ਬਣੇ ਕੋਈ ਉਹਨਾਂ ਦਾ ਸਰੀਰ ਬਦਲ ਗਿਆ ਬਲਕਿ ਅਜੇ ਤੱਕ ਅਸੀਂ ਆਖਦੇ ਹਾਂ ਕਿ ਬੁਢੇਪਾ ਸਿੰਘ ਗਏ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਕੇਵਲ 8 ਸਾਲ ਦੀ ਉਮਰ ਸੀ ਬਚਪਨ ਸੀ ਪਰ ਜ਼ਿੰਦਗੀ ਦੇ ਉਹ ਜਿਹੜੇ 6-7 ਸਾਲ ਗੁਜ਼ਰੇ ਨੇ ਉਹਨਾਂ ਵਿੱਚ ਵੀ ਉਹ ਗੁਰੂ ਨਹੀਂ ਸਨ ਉਸ ਸਮੇਂ ਵਿੱਚ ਵੀ ਗੁਰੂ ਨਹੀਂ ਸਨ ਜਨਮ ਲਿਆ ਸਰੀਰ ਨੇ ਅਤਿਸ਼ਮ ਨੇ ਜਨਮ ਲਿਆ ਗੁਰੂ ਨੇ ਨਹੀਂ ਅਮਰਦਾਸ ਨੇ ਜਨਮ ਲਿਆ ਗੁਰੂ ਨੇ ਨਹੀਂ ਗੁਰੂ ਤਾਂ ਪ੍ਰਗਟ ਹੋਇਆ 72 ਸਾਲ ਬਾਅਦ ਪ੍ਰਗਟ ਹੋ ਗਿਆ ਇਹਦਾ ਮਤਲਬ ਇਹਦਾ ਸਰੀਰ ਤਾਂ ਬਦਲਿਆ ਨਹੀਂ ਸਰੀਰ ਤਾਂ ਉਹ ਹੀ ਰਿਹਾ ਜਿਹਨੇ 72 ਸਾਲ ਪਹਿਲਾਂ ਜਨਮ ਲਿਆ ਗੰਗਾ ਦੇ ਇਸ਼ਨਾਨੀ ਸਰ ਕਮਕਾਂਡੀ ਸਰ ਪਰ 72 ਸਾਲ ਬਾਅਦ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਆਖਣ ਲੱਗ ਪਏ ਉਹ ਕਿਹੜਾ ਗੁਰੂ ਸੀ ਜਿਹੜਾ 72 ਸਾਲ ਬਾਅਦ ਸਰੀਰ ਤਾਂ ਬਦਲਿਆ ਨਹੀਂ ਕਿਉਂਕਿ ਗੁਰੂ ਜਿਹੜਾ ਹੈ ਉਹ ਜਨਮ ਲੈਂਦਾ ਹੀ ਹੈ ਇੱਕ ਗੱਲ ਕਰੇ ਬਸ ਇੱਥੇ ਰੁਕਣਾ ਚਾਹੁੰਦਾ ਜਿਵੇਂ ਪਰਮੇਸ਼ਰ ਦੀ ਤੇ ਉਹਦੀ ਅਭੇਦਤਾ ਕੀ ਹੈ ਕਿਉਂਕਿ ਰੱਬ ਵੀ ਜਨਮ ਨਹੀਂ ਲੈਂਦਾ ਉਹ ਆਪਣਾ ਸ਼ੀਰਾ ਹੈ ਅਭੇਦਤਾ ਕਿੱਥੇ ਗੁਰ ਪਰਮੇਸ਼ਰ ਹੈ ਵੀ ਹੋਗ ਕਿੱਥੇ ਕਿਉਂਕਿ ਹੈ ਵੀ ਹੋਗ ਦੀ ਸ਼ਰਤ ਜਿਹੜੀ ਹੈ ਉਹ ਸਰੀਰ ਨਾਲ ਲਗਾਓ ਰੱਖਦੀ ਨਹੀਂ ਸਰੀਰ ਤਾਂ ਕੋਈ 10 ਸਾਲ 20 ਸਾਲ 50 ਸਾਲ 100 ਸਾਲ 125 ਸਾਲ ਜੀ ਜਾਏਗਾ ਸਰੀਰ ਜਾਏਗਾ ਉਹ ਹੈ ਵੀ ਹੋਗ ਨਹੀਂ ਹੋ ਸਕਦਾ ਉਹ ਅਵਿਨਾਸ਼ੀ ਨਹੀਂ ਹੋ ਸਕਦਾ ਇਸ ਲਈ ਗੁਰੂ ਜਿਹੜਾ ਜੇ ਉਹ ਪਰਮੇਸ਼ਰ ਹੈ ਤਾਂ ਉਹ ਹੈ ਵੀ ਹੋਗ ਨਹੀਂ ਹੋ ਸਕਦਾ ਇੱਥੇ ਰੁਕਣਾ ਚਾਹੁੰਦਾ ਇੱਥੇ ਲਫ਼ਜ਼ ਆਏ ਨੇ ਕਿਉਂਕਿ ਬਾਣੀ ਗਲਤ ਨਹੀਂ ਬਾਣੀ ਆਪਣਾ ਫੈਸਲਾ ਆਪ ਸੁਣਾਉਂਦੀ ਬਾਣੀ ਨੂੰ ਸਮਝਣਾ ਹੈ ਬਾਣੀ ਤੇ ਤਰਕ ਕੋਈ ਨਹੀਂ ਹਾਂ ਸਾਡੀ ਸੋਚ ਵਿੱਚ ਸਾਡੇ ਕਿਆਫੇ ਵਿੱਚ ਸਾਡੀ ਮੱਤ ਵਿੱਚ ਉਹ ਉਚਾਈ ਨਾ ਹੋਵੇ ਕਿ ਅਸੀਂ ਬਾਣੀ ਨੂੰ ਸਮਝ ਸਕੀਏ ਕਿਉਂਕਿ ਸਾਧੂ ਨੇ ਆਖਿਆ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜ੍ਹੀ ਰਾਮ
तू ऊंचा है, तू बड़े 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 ऊंचे हो, इतने कलहोरी आराम किवें हो सकदे कि आसमान दी गल्लां कीड़ी करे। सुन गल्लां आकाश की, कीटा आई रीस कोई कीड़ी आसमान दी गल्लां करन लग पे, कड़ा मुश्किल गुरु रब नू जानदा। गुरु नानक निकट वसे बनवारी, जे ओ रब नू जानदा है तां इहदा मतलब जरूर ओहदे वर्गा है। गुरु परमेश्वर है, लफ़ज़ मेरे नहीं श्री गुरु ग्रंथ साहिब की बाणी दे, गुरु परमेश्वर है, गुरु परमेश्वर, गुरु करता, गुरु करने जोग, गुरु परमेश्वर है भी ओ। क्योंकि जे ओ परमेश्वर है तो ओ मरदा नहीं, जन्मदा नहीं। मैं हैरान होया, कई गल्लां सुन गल करदिया करदिया सामने आ जांदियां ने, सोचते हैं सोचते हैं तस्वीर सामने आ जाती। जिन्हें ग्रंथां ने सानू श्री गुरु ग्रंथ साहिब की बाणी की महानता नालों तोड़िया ना, असी उन्होंने समझ नहीं गए, साडा विरोध कोई नहीं, समझने की लोड़ है। जिस ग्रंथ का विषय अजकल आम चल रहा है, उनके विच गुरु गोबिंद सिंह साहिब दो गल्लां वक्ख वक्ख थावां ते आख रहे ने। एक थां ते ए आख रहे ने कि जो हमको परमेश्वर उचरे ते सब नरक कुंड में परे। मैनू जिहड़ा परमेश्वर आखेगा ओ दोज़ विच जाएगा। हुण की ए गुरु गोबिंद सिंह साहिब तो पहला आख्या है, जदों अजे गद्दी नहीं सी, जदों गुरियाई प्रगट नहीं हुई सी, जे तो पहला आख्या है तो फिर गुरबाणी किवें हुई, फिर बाण तो वैसे खत्म हो जाती। ते जे बाद विच आख्या है, जे बाद विच आख्या है तो फिर आ गल श्री गुरु ग्रंथ साहिब दी इहनू चैलेंज ने कि श्री गुरु ग्रंथ साहिब तो यह आख रहे हैं गुरु परमेश्वर। इस बहाने असीं इत्थों बैठ के उन्हां वीरां तक कुछ श्री गुरु ग्रंथ साहिब दी बाणी दी विचार पहुँचा सकीए, भला समझ आ जाए। हुण गुरु गोबिंद सिंह साहिब की श्री गुरु ग्रंथ साहिब दी बाणी नूं चैलेंज कर रहे ने, उन्हां ने नहीं पढ़ी, ਉਹ ਵੱਖਰੀ ਜੋਤ ਨੇ। ਇੱਕ ਪਾਸੇ ਅਸੀਂ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਆਖ ਰਹੇ ਹੋਣ ਕਿ ਗੁਰੂ ਪਰਮੇਸ਼ਰ ਤੇ ਨਿਰੇ ਆਪ ਹੀ ਨਾ ਆਖ ਰਹੇ ਹੋਣ, ਇਹ ਵੀ ਆਖਦੇ ਨੇ ਅਗਲੀ ਤੁਕ ਅੰਦਰ, ਕਹੋ ਨਾਨਕ ਪ੍ਰਭ ਇਹ ਜਨਾਈ। ਮੈਨੂੰ ਸਾਰੀ ਇਹ ਗੱਲ ਪ੍ਰਭੂ ਨੇ ਸਮਝਾਈ ਹੈ, ਇਹਦਾ ਮਤਲਬ ਫੈਸਲਾ ਮੇਰੇ ਰੱਬ ਦਾ, ਇਹਦਾ ਮਤਲਬ ਰੱਬ ਦੇ ਫੈਸਲੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦੋਵਾਂ ਨੂੰ ਚੈਲੰਜ ਕੀਤਾ ਜਾ ਰਿਹਾ ਹੈ। ਰੱਬ ਨੇ ਜਾਇਆ ਸਮਝਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ, ਉੱਥੇ ਲਫ਼ਜ਼ ਕਿਹਾ ਜਾਂਦਾ ਕਹੋ ਨਾਨਕ ਪ੍ਰਭ ਇਹ ਜਨਾਈ। ਤੇ ਕੀ ਜਨਾਇਆ? ਇਸ ਤੋਂ ਪਹਿਲੀ ਲਾਈਨ ਹੀ ਹੈ, ਬਿਲਕੁਲ ਦੂਰ ਦੀ ਨੇ, ਇਹਦੇ ਨਾਲ ਦੀ ਪਹਿਲੀ ਲਾਈਨ ਹੈ ਕਿ ਗੁਰੂ ਪਰਮੇਸ਼ਰ ਹੈ ਵੀ ਹੋ। ਗੁਰੂ ਰੱਬ ਹੈ, ਗੁਰੂ ਪਰਮੇਸ਼ਰ ਹੈ, ਉਹ ਰੱਬ ਦੀ ਤਰ੍ਹਾਂ ਹੈ ਵੀ ਤੇ ਹੋਵੇਗਾ ਵੀ। ਕਿਉਂ? ਕਿਉਂਕਿ ਗੁਰੂ ਸਰੀਰ ਤੇ ਹੈ ਨਹੀਂ, ਗੱਲ ਉੱਥੇ ਚੱਲੀ ਸੀ, ਗੁਰੂ ਸਰੀਰ ਤੇ ਹੈ ਨਹੀਂ। ਜੇ ਸਰੀਰ ਗੁਰੂ ਹੁੰਦਾ ਫਿਰ ਤੇ 72 ਸਾਲ ਪਹਿਲਾਂ ਸਰੀਰ ਨੇ ਜਨਮ ਲਿਆ ਗੁਰੂ ਦੇ ਅਮਰਦਾਸ ਪਾਤਸ਼ਾਹ ਦੇ,
ਉਹ ਗੁਰੂ ਨਹੀਂ ਸਨ। 6 ਸਾਲ ਗੁਰੂ ਨਹੀਂ, ਗੁਰੂ ਹਰਕ੍ਰਿਸ਼ਨ ਮਹਾਰਾਜ ਰਹੇ। ਹਰ ਗੁਰੂ ਦਾ ਸਮਾਂ ਬਾਬੇ ਲੈਣਾ, ਕਿਸ ਉਮਰ ਵਿੱਚ ਗੁਰੂ ਕੇ ਦਰਬਾਰ ਵਿੱਚ ਆਇਆ, ਕਿੰਨੀ ਦੇਰ ਸੇਵਾ ਕੀਤੀ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਬਣੇ ਦਾ ਮਤਲਬ ਗੁਰੂ ਹੋਰ ਚੀਜ਼ ਹੈ ਜਿਹੜੀ ਪ੍ਰਗਟ ਹੁੰਦੀ ਹੈ, ਜਿਹੜੀ ਜਨਮ ਨਹੀਂ ਲੈਂਦੀ। ਜੇ ਜਨਮ ਲੈ ਲਵੇ ਫਿਰ ਪਰਮੇਸ਼ਰ ਨਹੀਂ, ਕਿਉਂਕਿ ਪਰਮੇਸ਼ਰ ਨਾ ਜਨਮਦਾ ਹੈ ਨਾ ਮਰਦਾ ਹੈ, ਉਹ ਅਵਿਨਾਸ਼ੀ ਰਾਹ ਆ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕਿਆ ਭੋਗ, ਉਹ ਮਰਦਾ ਵੀ ਨਹੀਂ ਉਹ ਜੰਮਦਾ ਵੀ ਨਹੀਂ, ਕਿਉਂਕਿ ਉਹ ਸਰੀਰ ਨਹੀਂ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਫੈਸਲਾ ਦੇ ਰਿਹਾ ਤੇ ਫੈਸਲਾ ਵੀ ਆਪ ਨਹੀਂ ਦੇ ਰਿਹਾ, ਕਹਿੰਦਾ ਮੈਨੂੰ ਇਹ ਗੱਲ ਲਿਖਾਈ ਹੈ, ਅੰਕਿਤ ਕੀਤੀ ਹੈ ਮੇਰੇ ਰੱਬ ਨੇ। ਕਹੋ ਨਾਨਕ ਪ੍ਰਭ ਇਹ ਹੈ ਜਨਾਈ, ਕੀ ਜਨਾਇਆ ਕਿ ਗੁਰ ਪਰਮੇਸ਼ਰ। ਮੈਂ ਪੁੱਛਣਾ ਕਿ ਗੁਰੂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਬੇਅਦਬੀ ਨਹੀਂ, ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਸਮਝਦੇ ਹੋਣ, ਇਹ ਆਖਿਆ ਜਾ ਸਕਦਾ ਭਲਾ? ਉਹ ਰੱਬ ਨੂੰ ਵੀ ਚੈਲੰਜ ਕਰਨ ਦੇ ਫੈਸਲੇ ਨੂੰ ਵੀ ਚੈਲੰਜ ਕਰਨ, ਪਰ ਆਖਿਆ ਜਾ ਸਕਦਾ, ਮੰਨਿਆ ਜਾ ਸਕਦਾ? ਜਾਂ ਉਹ ਇਹਨਾਂ ਦੋਵਾਂ ਚੀਜ਼ਾਂ ਬਾਰੇ ਜਾਣਦੇ ਨਾ ਹੋਣ ਤੇ ਆਖਰ ਨਹੀਂ ਮੈਨੂੰ ਗੁਰੂ ਤਾਂ ਆਖੋ, ਜਾਂ ਤਾਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਆਖਣਾ ਬੰਦ ਕਰ ਦੇਂਗੇ। ਵੀ ਮੈਨੂੰ ਗੁਰੂ ਤਾਂ ਆਖੋ ਪਰ ਪਰਮੇਸ਼ਰ ਨਾ ਆਖਿਓ, ਮੈਂ ਪਰਮੇਸ਼ਰ ਨਹੀਂ। ਜੇ ਆਖੋਗੇ ਤਾਂ ਦੋਜ਼ਖ ਵਿੱਚ ਪਾ ਜਾਓਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫੈਸਲੇ ਨੂੰ ਤੇ ਰੱਬ ਦੇ ਪ੍ਰਭੂ ਦੇ ਫੈਸਲੇ ਨੂੰ ਚੈਲੇਂਜ ਹੈ। ਹੁਣ ਇੱਥੇ ਬਸ ਨਹੀਂ, ਕਿਉਂਕਿ ਸਰੀਰ ਗੁਰੂ ਨਹੀਂ, ਸਰੀਰ ਜਿਹੜਾ ਹੈ ਉਹ ਜੰਮਦਾ ਵੀ ਹੈ ਉਹ ਮਰਦਾ ਵੀ ਹੈ। ਸਰੀਰ ਨੇ ਜੰਮਣਾ, ਸਰੀਰ ਨੇ ਮਰਨਾ ਹੈ। ਜਿਹੜੀ ਜੋਤ ਹੈ ਗੁਰਿਆ ਗੁਰੂ ਜਿਹੜੀ ਹੈ ਉਹ ਜੋਤ ਹੈ, ਜੋਤ ਉਹ ਆ ਜੋ ਸਾਇਸਾ ਕਾਇਆ ਫਿਰ ਪਤਨੀ ਚੁੜੇ ਸੁਰਛਾ ਤੇ ਨਿਰੰਜਨ। ਗੁਰੂ ਜੋਤ ਹੈ ਤੇ ਜੇ ਗੁਰੂ ਜੋਤ ਹੈ ਉਹ ਮਰਦੀ ਨਹੀਂ। ਪਿਛਲੇ ਦਿਨਾਂ ਵਿੱਚ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ, ਪਕੜ ਜੀਉ ਆਣਿਆ ਦੇ ਵਿਨਾਸੀ, ਮਾਟੀ ਕੋ ਕਿਸ ਮਲਕੀ ਆ। ਤੂੰ ਇੱਕ ਜੀਵ ਫੜ ਕੇ ਲਿਆਉਂਦਾ ਤੇ ਬਲੀ ਦੇਣ ਵਾਸਤੇ, ਉਹਦੀ ਦੇਹ ਨੂੰ ਕਤਲ ਕਰ ਦਿੱਤਾ, ਬਿਸਮਤ ਮਾਟੀ ਕੋ ਬਿਸਮਤ, ਸਰੀਰ ਤਾਂ ਮਿੱਟੀ ਹੈ, ਮਾਟੀ ਕੋ ਬਿਸਮਤ ਕੀ ਹੈ। ਕਹਿਣ ਲੱਗੇ ਜੋਤ ਸਰੂਪ ਅਨਾਹਤ ਲਾਗੀ, ਕਹੋ ਹਲਾਲ ਕਿਆ ਹੁਆ। ਪਿਛਲੇ ਹਫ਼ਤੇ ਆ ਚੁੱਕਾ ਜੋਤ ਮਰੀ ਨਹੀਂ ਤੇਰੇ ਕੋਲ, ਕਤਲ ਨਹੀਂ ਹੋਈ, ਜੋਤ ਮਰਦੀ ਨਹੀਂ। ਇਹਦਾ ਮਤਲਬ ਗੁਰੂ ਜੋਤ ਹੈ ਜਿਹੜਾ ਪ੍ਰਭ ਅਵਿਨਾਸ਼ੀ ਹੈ ਵੀ ਹੋ, ਗੁਰੂ ਅਵਿਨਾਸ਼ੀ ਹੈ ਵੀ ਹੋ, ਗੁਰੂ ਪਰਮੇਸ਼ਰ ਹੈ ਵੀ ਹੋ। ਗੁਰੂ ਕਿਉਂਕਿ ਜੋਤ ਹੈ ਇਸ ਲਈ ਮਰਦਾ ਨਹੀਂ ਤੇ ਜਨਮਦਾ ਨਹੀਂ, ਜਿਹੜਾ ਜਨਮਦਾ ਹੈ ਤੇ ਮਰਦਾ ਹੈ ਉਹ ਸਰੀਰ ਹੈ। ਉਹਨੂੰ ਬਾਬਾ ਕਬੀਰ ਵਾਰ ਵਾਰ ਚੈਲੰਜ ਕਰ ਰਹੇ ਨੇ, ਮਾਟੀ ਕੋ ਬਿਸਮਲ ਕੀ ਆ, ਜੋਤ ਸਰੂਪ ਤਾਣਾ ਹੱਦ ਲੱਗ ਗਈ, ਕਹੋ ਹਲਾਲ ਕਿਆ ਹੋਊਗਾ। ਤੂੰ ਮਾਰ ਹੀ ਨਹੀਂ ਸਕੇ ਜੀਵ ਤਾਂ ਤੇਰੇ ਕੋਲ, ਕਤਲ ਹੀ ਨਹੀਂ ਹੋਇਆ, ਨਾ ਹੀ ਕਤਲ ਹੋ ਸਕਦਾ, ਉਹ ਜੋਤ ਰੂਪ ਹੈ। ਹੁਣ ਦੇਖਣਾ ਇਹ ਹੈ, ਇੱਕ ਥਾਂ ਤੇ ਨਹੀਂ, ਇੱਕ ਥਾਂ ਤੇ ਇਹ ਕਹਿ ਦਿੱਤਾ ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰ ਉਨ ਮੈਂ ਪਰੈ। ਮੈਂ ਹੈਰਾਨ ਹੋਇਆ ਜਦੋਂ ਮੇਰੇ ਸਾਹਮਣੇ ਇੱਕ ਹੋਰ ਲਾਈਨਾਂ ਆ ਗਈਆਂ। ਉਹ ਲਾਈਨਾਂ ਸਨ ਉਸੇ ਗ੍ਰੰਥ ਵਿੱਚ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਆਖ ਰਹੇ ਨੇ, ਮੈਂ ਨਹੀਂ ਆਖਦਾ ਗੁਰੂ ਗੋਬਿੰਦ ਸਿੰਘ ਸਾਹਿਬ ਆਖ ਰਹੇ, ਮੇਰਾ ਗੁਰੂ ਝੂਠ ਨਹੀਂ ਬੋਲਦਾ, ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਨਸੈਪਟ ਨੂੰ ਚੈਲੰਜ ਨਹੀਂ ਕਰਦਾ, ਮੇਰਾ ਗੁਰੂ ਰੱਬ ਦੇ ਫੈਸਲਿਆਂ ਨੂੰ ਚੈਲੰਜ ਨਹੀਂ ਕਰਦਾ। ਮੇਰਾ ਰੱਬ ਕਹਿੰਦਾ ਜਨਮ ਮਰਨ ਦੋਹੋਂ ਮਿਲਣਾ ਹੀ, ਜਗ ਪਰ ਉਪਕਾਰੀ ਆਏ ਜਨਮ ਮਰਨਾ ਹੀ ਰਹਿੰਦਾ, ਪਰ
गुरु गोबिंद सिंह साहब दे नाम थले नाम दी दुर्वर्तों करके लिखन वाले लिखारी ने एक गल लिख दित्ती कि गुरु गोबिंद सिंह साहब कहंदे ने मैनू मेरे महाकाल रब ने महाकाल नू कबूल किया है। लिखारी जी मेरे महाकाल रब ने मैनू मत सोझी दित्ती ते मैनू पिछले कई जन्म जड़े मैं भोग के आया सा है उत्थे लफ़ज़ लिखदा है। इहदा मतलब गुरु गोबिंद सिंह साहब ने पता नहीं किन्ने क जन्म भोगे ने। असीं तां हेमकुंट दे इक जन्म की गल करदे आ ना कि पिछले जन्म च तपस्या कीती ते गल उदों भी अगे निकल गई। उत्थे लिखदा है ਜਿਹੜੇ ਮੈਂ ਕਈ ਜਨਮ ਭੋਗ ਕੇ ਆਇਆ ਸਾਂ ਉਹ ਸਾਰੇ ਮੈਨੂੰ ਚੇਤਾ ਕਰਾ ਦਿੱਤੇ। ਆ ਮੈਂ ਲਫ਼ਜ਼ ਤੁਹਾਡੇ ਸਾਹਮਣੇ ਸਾਂਝੇ ਕਰਨਾ ਚਾਹੁੰਦਾ ਕੀ ਲਫ਼ਜ਼ ਹੈ। ਸਰਵਕਾਲ ਕਰਨਾ ਤਬ ਕਰੇ ਕਰੇ ਭਰੇ ਸੇਵਕ ਜਨ ਦਇਆ ਰਸ ਧਰੇ ਜੋ ਜੋ ਜਨਮ ਪੂਰਬਲੇ ਭਇਓ ਸੋ ਸੋ ਸਭ ਸਿਮਰਨ ਕਰ ਦਇਓ। ਜਿਹੜੇ ਜਿਹੜੇ ਮੇਰੇ ਪੂਰਬਲੇ ਜਨਮ ਪਿਛਲੇ ਮੈਂ ਭੋਗੇ ਸਨ ਉਹ ਸਾਰੇ ਮੈਨੂੰ ਚੇਤਾ ਕਰਾ ਦਿੱਤੇ ਮੇਰੇ ਸਿਮਰਨ ਵਿੱਚ ਆ ਕੇ ਯਾਦ ਆ ਗਏ। ਅੱਗੇ ਕਹਿੰਦੇ ਨੇ ਮੋਕੋ ਇਹਦੀ ਹੁਕੀ ਕਹਿ ਸੁਧਨ ਮੇਰੇ ਕੋਲ ਇੰਨੀ ਅਕਲ ਕਿੱਥੇ ਸੀ ਮੇਰੇ ਇੰਨੀ ਸੁੱਧ ਬੁੱਧ ਕਿੱਥੇ ਸੀ ਕਿ ਮੈਂ ਪਿਛਲੇ ਜਨਮਾਂ ਨੂੰ ਜਾਣਾ। ਇਹ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਦੀ ਦੁਰਵਰਤੋਂ ਹੋ ਰਹੀ ਹੈ। ਬਕਾਇਦਾ ਕਹਿੰਦੇ ਅਰਥ ਵੀ ਕਰਕੇ ਉਹਨੇ ਸਾਫ ਕਹਿ ਦਿੱਤਾ ਹੈ। ਲਿਖਾਰੀ ਵੀ ਉਹ ਕਹਿੰਦਾ ਹੈ ਤਦ ਸਰਬ ਕਾਲ ਕਰਨਾ ਨਾਲ ਭਰ ਗਏ ਅਤੇ ਸੇਵਕ ਜਾਣ ਕੇ ਦਇਆ ਦੇ ਰਸ ਨਾਲ ਪਸੀਜ ਗਏ ਜਿਹੜੇ ਜਿਹੜੇ ਪੂਰਬਲੇ ਜਨਮ ਹੋਏ ਸਨ ਉਹ ਸਾਰੇ ਯਾਦ ਕਰਾ ਦਿੱਤੇ ਹਨ ਮੈਨੂੰ ਇਤਨੀ ਸੋਝੀ ਭਲਾ ਕਿੱਥੇ ਸੀ ਕਿ ਜਿਸ ਤਰ੍ਹਾਂ ਦੀ ਬੁੱਧੀ ਮੈਨੂੰ ਉਸਨੇ ਦਿੱਤੀ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਆਪ ਨੂੰ ਇਹ ਸਾਬਤ ਕਰ ਗਏ ਨੇ ਕਿ ਪਤਾ ਨਹੀਂ ਕਿੰਨੇ ਕੁ ਜਨਮ ਮੈਂ ਭੋਗਦਾ ਹੁਣ ਇੱਥੇ ਪਹੁੰਚੇ। ਇਹਦਾ ਮਤਲਬ ਅਸੀਂ ਗੁਰੂ ਨੂੰ ਜਨਮ ਮਰਨ ਵਿੱਚ ਮੰਨ ਲਈਏ। ਇਹਦਾ ਮਤਲਬ ਗੁਰੂ ਸਰੀਰ ਹੈ ਜੋਤ ਨਹੀਂ ਜਨਮ ਮਰਨ ਵਿੱਚ ਮੰਨਣੇ ਹੋਏ ਪਰਮੇਸ਼ਰ ਨਹੀਂ ਹੋ ਸਕਦਾ। ਇਹਦਾ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਹੋਰ ਹੈ ਜਿਸ ਗੁਰੂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਗੁਰੂ ਹੋਰ ਹੈ ਤੇ ਜਿਹਨਾਂ ਨੂੰ ਅਸੀਂ ਗੁਰੂ ਆਖ ਰਹੇ ਹਾਂ ਉਹ ਗੁਰੂ ਹੋਰ ਨੇ ਉਹ ਮਰਦੇ ਜੰਮਦੇ ਨੇ। ਅਜੀਬ ਸਾਡੇ ਸਾਹਮਣੇ ਸਵਾਲ ਪੈਦਾ ਹੋ ਰਹੇ ਨੇ ਜਿਹੜੇ ਅਸੀਂ ਸਮਝਣ ਦੀ ਲੋੜ ਇਸ ਲਈ ਪ੍ਰਤੀਤ ਕਰਦੇ ਹਾਂ ਸਾਂਝੇ ਕਰਨ ਦੀ ਤਾਂ ਕਿ ਕੁਛ ਵੀਰਾਂ ਨੂੰ ਇੱਥੇ ਬੈਠੇ ਨੇ ਜਿਹਨਾਂ ਨੂੰ ਕੁਝ ਵੀਰ ਉਹਨਾਂ ਦੇ ਦੋਸਤ ਮਿੱਤਰ ਸਵਾਲ ਕਰਦੇ ਰਹਿੰਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕੀ ਕੁਝ ਉਹਦੇ ਵਿੱਚ ਹੈ। ਅਜੀਬ ਘਟਨਾ ਹੈ ਕਿ ਜੇ ਅਸੀਂ ਇਹ ਗੱਲ ਮੰਨ ਲਈਏ ਤਾਂ ਫਿਰ ਇਹਦਾ ਮਤਲਬ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਗੁਰੂ ਦੀ ਸਿਫਤ ਵਾਰ ਵਾਰ ਹੈ ਉਹ ਗੁਰੂ ਸਾਡਾ ਨਹੀਂ। ਜਿਹਨੂੰ ਅਸੀਂ ਗੁਰੂ ਆਖਣੇ ਉਹ ਤਾਂ ਮਰਦਾ ਵੀ ਹੈ ਉਹ ਜੰਮਦਾ ਵੀ ਹੈ ਉਹ ਇੱਕ ਵਾਰ ਨਹੀਂ ਕਈ ਜਨਮ ਲੈਂਦਾ ਉਹ ਹੈਵੀ ਹੋ ਗਈ ਮੇਰੇ ਹੋਰ ਵਿੱਚ ਨਹੀਂ ਆਉਂਦਾ। ਪੜ੍ਹ ਕੇ ਵੇਖੋ ਸਾਰਾ ਸਾਰਾ ਸਵਾਈ ਆਪਣਾ ਉੱਤੇ ਹੈਰਾਨ ਹੋ ਜਾਓ। ਔਰ ਅਜੀਬ ਘਟਨਾ ਇਹ ਹੈ ਕਿ ਲਿਖਣ ਵਾਲੇ ਨੇ ਗੱਲ ਅਧੂਰੀ ਲਿਖੀ ਇੰਨਾ ਲਿਖ ਦਿੱਤਾ ਹੈ ਕਿ ਮੈਨੂੰ ਜਿਹੜੇ ਜਿਹੜੇ ਜਨਮਾਂ ਨੂੰ ਦਿਸੋ ਜੀ ਦਿੱਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਹ ਲਫ਼ਜ਼ ਨੇ ਕਹਿੰਦੇ ਰੰਗ ਵਿੱਚ ਇੱਥੋਂ ਤੱਕ ਲਫ਼ਜ਼ ਨੇ ਸਰਵਕਾਲ ਹੈ ਪਿਤਾ ਹਮਾਰਾ ਅਪਾਰਾ ਦੇਵਕਾਲ ਕਾ ਮਾਤ ਹਮਾਰਾ ਮਨੁਆ ਗੁਰੂ ਮਨਸਾ ਮਾਈ ਜਿਨ ਮੋਕੋ ਸਭ ਤ੍ਰਿਆ ਪੜਾਈ ਜਬ ਮਨਸਾ ਮਨ ਭਇਆ ਵਿਚਾਰੀ ਗੁਰੂ ਮਨੁਓ ਕਹਿ ਕਰਿਓ ਸੁਧਾਰੀ ਜੋ ਜੋ ਚਰਿੱਤਰ ਪੁਰਾਤਨ ਲਹਿ ਤੇ ਤੇ ਅਵ ਚਹੀਤ ਹੈ ਕਹਿ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਹੋਏ ਨੇ ਪਰ ਕਿਹੜੀ ਅਜੀਬ ਗੱਲ ਹੈ ਲਿਖਣ ਵਾਲਾ ਕਿੰਨੀ ਅਧੂਰੀ ਗੱਲ ਲਿਖਦਾ ਹੈ। ਇਹ ਤਾਂ ਕਹਿੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਜਿਹੜੇ ਜਨਮ ਮੈਂ ਭੋਗੇ ਪਰ ਲਿਖਦਾ ਕੋਈ ਨਹੀਂ ਅੱਗੇ ਲਿਖੇ ਨਹੀਂ ਹੋਏ। ਮੈਂ ਅੱਗੇ ਇਸ ਲਈ ਪੜ੍ਹਨੇ ਸ਼ੁਰੂ ਕੀਤੇ ਸਨ ਕਿ ਖੋਰੇ ਵੀ ਲਿਖੇ ਹੋਣ ਜਿਵੇਂ ਹੇਮਕੁੱਟ ਦੀ ਇੱਕ ਗੱਲ ਲਿਖ ਦਿੱਤੀ ਹੈ ਖੋਰੇ ਅੱਗੇ ਵੀ ਇੱਥੇ ਕਈ ਜਨਮਾਂ ਦੇ ਚਰਿੱਤਰ ਲਿਖੇ ਹੋਣੇ ਜਿੱਥੇ ਤੋਂ ਗੱਲ ਅਧੂਰੀ ਹੈ। ਇੱਕ ਗੱਲ ਕਨਫਿਊਜ਼ ਕੀਤਾ ਜਾ ਰਿਹਾ ਬਈ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਪਤਾ ਨਹੀਂ ਪਿਛਲੇ ਕਿੰਨੇ ਕੁ ਜਨਮ ਭੋਗਦੇ ਆਏ ਨੇ ਜਦੋਂ ਉਹ ਕਿੰਨੇ ਜਨਮਾਂ 'ਤੇ ਅਸੀਂ ਵਿਸ਼ਵਾਸ ਕਰਾਂਗੇ ਤਾਂ ਗੁਰੂ ਤੋਂ ਅਨੁਗਰ ਹੋ ਜਾਵਾਂਗੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਪਰਿਭਾਸ਼ਾ ਗੁਰੂ ਦੀ ਹੈ ਉਹ ਹੈ ਗੁਰ ਪਰਮੇਸ਼ਰ ਹੈ ਵੀ ਹੋ ਉਹਦੇ 'ਤੇ ਇਹ ਪਰਿਭਾਸ਼ਾ ਪੂਰੀ ਨਹੀਂ ਉਤਰਦੀ।
ਅਸੀਂ ਗੁਰੂ ਦਾ ਮੰਨ ਕਰੋ ਪਏ। ਹੁਣ ਮੈਂ ਹੈਰਾਨ ਹਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਮੰਨਣ ਵਾਲੇ ਲੋਕ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਮੰਨਦੇ ਨੇ, ਗਿਰਦ ਵੀ ਕਰਦੇ ਨੇ ਜਾਂ ਆਦਮ ਕਰਦੇ ਨੇ, ਲਿਖਤਾਂ ਵਾਂਗੂ। ਪਰ ਕਿਹੜੀ ਅਜੀਬ ਗੱਲ ਹੈ, ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਗੱਲ ਸਮਝਾ ਰਹੇ ਨੇ ਤੇ ਮੇਰੀ ਸਮਝਾ ਨਹੀਂ ਰਹੇ, ਇਹ ਵੀ ਆਖ ਰਹੇ ਨੇ ਮੈਨੂੰ ਵੀ ਮੇਰੇ ਰੱਬ ਨੇ ਫੈਸਲਾ ਦਿੱਤਾ ਹੈ। ਤੇ ਉਹ ਫੈਸਲਾ ਕੀ ਹੈ? ਸਮੇਂ ਦੀਆਂ ਗੱਲਾਂ ਸਾਹਮਣੇ ਰੱਖ ਕੇ ਸਾਹਮਣੇ ਬੀਤ ਰਹੇ ਚੱਲ ਰਹੇ ਸਮੇਂ ਨੂੰ ਗਿਆਨ ਦੀ ਦੁਨੀਆਂ ਨੂੰ ਤਿਲਾਂਜਲੀ ਦੇ ਬੈਠਾ। ਇਹ ਮੇਰੀ ਪ੍ਰਾਰਥਨਾ, ਬਸ ਅੱਖਾਂ ਬੰਦ ਕਰਕੇ ਤੁਰਨ ਦੀ ਆਦਤ ਬੰਦ ਕਰੀਏ, ਛੱਡੀਏ, ਸਮਝੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਮਝੀਏ ਅਤੇ ਜਿਹੜਾ ਝੂਠ ਫਰੇਬ ਸਾਡੇ ਜਿਹੜੀ ਚੀਜ਼ ਸਾਹਮਣੇ ਉਹਨੂੰ ਅਸੀਂ ਕਿਵੇਂ ਭੁੱਲ ਜਾਵਾਂਗੇ? ਇਹਦਾ ਅਗਲਾ ਜਵਾਬ ਕੋਈ ਨਹੀਂ। ਇਹ ਕਿਹਾ ਜਾ ਰਿਹਾ
मैं कई जन्म पाए ने पर नहीं दसते नाल कहते ने मैं तुम कह रहा दस रहा दसना चाहना पर दसदा क्यों नहीं हम केड़ी कहानी केड़ी केड़ी कहानी हेमकुंट वागू कड़े किन्ने के जन्म का मसला इसलिए दसदा नहीं सेना भुलुखिया तो निकल के असि श्री गुरु ग्रंथ साहब दे लड़ लगीए साडा गुरु केवल श्री गुरु ग्रंथ साहब है इतने जो कुछ है वो सच्चाई है सच्चाई साबित कर दी है कि गुरु अमरदास साहब का शरीर गुरु नहीं उनके विचों गुरु प्रगट होता है 72 साल बाद शरीर नूं गुरु ने जदों असीं शरीर नूं गुरु मन्नांगे फिर वह जम्मेगा भी फिर मरेगा जदों असीं जोत नूं मन्नांगे तो फिर वह गल बाबा कबीर जी की लागू हो जाएगी कि जोत स्वरूप ना हथ लागे क्यों हलाल क्यों होगा तू मार ही नहीं सकता जोत मरदी ने इन्हें शब्दों नाल के मदा जा चुका फतेह बुलाओ वाहेगुरु जी का खालसा वाहेगुरु जी।